गांव में अपने बेटे के नशे की, की लत से परेशान होकर पिता ने उसकी हत्या कर दी आरोपी पिता ने बेटे का मर्डर कर शव को नहर में फेंक दिया वहीं जब शव बाहर आया तो शिनाख्त करने पर पता चला कि यह शव 19 वर्षीय मनप्रीत का है वही पुलिस ने आरोपी को गिरफ्तार कर शव को कब्जे में लेकर पोस्टमार्टम के लिए भेज दिया है और जांच में जुट गई है बताइए जा रहा है कि मनप्रीत नशा करने का बहुत आदि था और पिछले चार पांच साल से नशा करता था जिससे कि परेशान होकर पिता ने बेटे की हत्या कर दी वहीं मृतक की मां का कहना है कि नशे से हमारा घर बर्बाद कर दिया गलत है ग्यारह मुंडा है ਇਨ ਨਸ਼ੇ ਦੀ ਇੰਨੀ ਮਤਲਬ ਕਿ ਜਿਆਦਾ ਸਾਡੇ ਬੰਦੇ ਚ ਨਸ਼ਾ ਹੋਇਆ ਕਰਿਆ ਜਾਂ ਸਾਰਾ ਕੁਝ ਹੋ ਰਿਹਾ ਤੇ 11ਵੇਂ ਮੋੜਾ ਸਾਡਾ ਚੜਿਆ ਗਿਆ ਸੀ ਜਿਹੜੀ ਰਗੀ ਗੱਲ ਦੂਜੀ ਦੀ ਮੌਤ ਦੀ ਨਸ਼ਾ ਜਿਆਦਾ ਕਰਦਾ ਸੀ ਨਸ਼ਾ ਕਰਨ ਦੇ ਵਿੱਚ ਮਾਂ ਪਿਓ ਨੂੰ ਬਹੁਤ ਜਿਆਦਾ ਤੰਗ ਕਰਦਾ ਸੀ ਕਰਨ ਕੀ 400 ਰੁਪਏ ਕਮਾ ਕੇ 300 ਲਿਉਂਦਾ ਸੀ ਉਹ ਸੋਭਾ ਉਹ ਲੈ ਜਾਂਦਾ ਸੀ ਉਸ ਦੇ ਕਾਰਨ ਉਹਨੂੰ ਧਮਕੀਆਂ ਦਿੰਦਾ ਸੀ ਵੀ ਮੈਂ ਤੈਨੂੰ ਮਾਰ ਦੂੰ ਜਾਂ ਇਹ ਕਰੂੰ ਮਾਂ ਨੂੰ ਮਾਰ ਦੂੰ ਇਸ ਦੇ ਸਬੰਧ ਦਾ ਚੁਪਿਓ ਨੇ ਮਤਲਬ ਕਿ ਗਰਮੀ ਦੇ ਵਿੱਚ ਮਾਰ ਬੈਠਾ ਮਰਨ ਦੇ ਨਾਲ ਉਹਦੀ ਮੌਤ ਹੋ ਗਈ ਦਰਦ ਦੇ ਦੋਸਾਰਾ ਕੁਝ ਹੋਇਆ ਜਾਣ ਬੁਝ ਕਿ ਨਹੀਂ ਕੀਤਾ ਜਿਸ ਤੇ شناਖਿਤ ਕਰਨ ਤੋਂ ਬਾਅਦ ਇਸ ਦੀ ਡੰਗਾਈ ਦੇ ਨਾਲ ਤਫਤੀਸ਼ ਅਮਨ ਚ ਲਿਆਂਦੀ ਗਈ ਪਤਾ ਲੱਗਾ ਕਿ ਪਿੰਡ ਮਾਨੋਕੇ ਦਾ ਜਿਹੜਾ ਜਗਸੀਰ ਸਿੰਘ ਉਸ ਦਾ ਲੜਕਾ ਨਸ਼ੇ ਕਰਨ ਦਾ ਆਦੀ ਹੋ ਚੁੱਕਾ ਸੀ ਨਸ਼ੇ ਕਰਨ ਦੇ ਕਾਰਨ ਪੈਸਿਆਂ ਦੀ ਮੰਗ ਮਾਪਿਓ ਕੋ ਕਰਦਾ ਸੀ ਜਿਹਦੇ ਮਾਪਿਓ ਬੜੇ ਗਰੀਬ ਸੀ ਪੈਸਾ ਦੇਣ ਦੇ ਸਮਰੱਥ ਨਹੀਂ ਸੀ ਤੇ ਲੜਾਈ ਝਗੜਾ ਕਰਦਾ ਸੀ ਲੜਾਈ ਝਗੜਾ ਬਹੁਤ ਜ਼ਿਆਦਾ ਕਰਦਾ ਸੀ ਇਸ ਕਰਕੇ ਉਸਦੇ ਬਾਪ ਨੇ ਘਰ ਦੇ ਵਿੱਚ ਦੋ ਚਾਰ ਦਿਨ ਪਹਿਲਾਂ ਕੁਹਾੜੀ ਲਿਆ ਕੇ ਰੱਖੀ ਸੀ ਤੇ ਜੋ ਆਪਦੇ ਲੜਕੇ ਸੁੱਤੇ ਪੈਨੋਂ ਸਵੇਰ ਕੁਹਾੜੀ ਦੇ ਨਾਲ ਵੜ ਦੁੱਤਾ ਬਟਨ ਤੋਂ ਬਾਅਦ ਰਾਤ ਨੂੰ ਕਾਰ ਵਿੱਚ ਲਿਆ ਕੇ ਨਹਿਰ ਵਿੱਚ ਇਸ ਨੂੰ ਵੜ ਕੇ ਸੁੱਟ ਦਿੱਤਾ ਲੇਟੈਸਟ ਅਪਡੇਟਸ ਕੇ ਲੀਏ ਦਬਾਣਾ ਨਾ ਭੁੱਲੇ ਬੈਲ ਆਈਕਨ ਔਰ ਸਬਸਕ੍ਰਾਈਬ ਕਰੇ ਹਮਾਰਾ YouTube ਚੈਨਲ